ਆਕਾਸ਼ਵਾਣੀ ਜੰਮੂ ਹੈ ਸਈਆਂ ਖਬਰਾਂ ਇਸ ਤੁੰਦਾ ਸਵਾਗਤ ਪਰ ਇੱਕ ਖਾਸ ਖਾਸ ਖਬਰਾਂ ਕਰਨੇ ਮੈਂ ਅੰਜੂ ਬਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਫਰਾਂਸ ਦਾ ਦੋ ਦਿਨੇ ਦਾ ਦੌਰਾ ਮੁਕੰਮਲ ਕਰੀ ਹੈ ਸੰਯੁਕਤ ਅਰਬ ਅਮੀਰਾਤ ਦੇ ਸਰਕਾਰੀ ਦੌਰੇ ਪਰ ਅਬੂ ਧਾਬੀ ਪੁੱਜੀ ਗਏ ਨ ਲਫਟੀਨੈਂਟ ਗਵਰਨਰ ਮਨੋਜ ਸਿਨੋਰੇ ਆਖਿਆ ਹੈ ਜੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੁਸੇ ਵੀ 12 ਦੇ ਵਿਅਕਤੀ ਦੀ ਜ਼ਮੀਨ ਨਹੀਂ ਦਿੱਤੀ ਗਈ ਹੈ ਸੈਨਾ ਅਧਿਕਸ਼ ਜਨਰਲ ਮਨੋਜ ਪਾਂਡੇ ਹੋਰੇ ਅੱਜ ਬੰਨੇ ਕੰਨੇ ਲੱਗਦੇ ਅਗੇਤਰੀ ਇਲਾਕੇ ਦਾ ਦੌਰਾ ਲਾਈਏ ਜੰਮੂ ਕਸ਼ਮੀਰ 'ਚ ਕਬਜ਼ਾ ਰੇਖਾ ਉੱਪਰ ਫੌਜੀ ਦੀਆਂ ਕਾਰਵਾਈਆਂ ਸਰਬੰਧੀ ਤਿਆਰੀਆਂ ਦਾ ਜਾਇਜ਼ਾ ਲੈਤਾ ਡੋਡਾ ਜ਼ਿਲ੍ਹੇ 'ਚ ਸੜਕਾਂ 'ਪਰ ਪੀਣੇ ਵਾਲੇ ਪਾਣੀ ਦੀ ਸਪਲਾਈ ਵਾਲੀ ਪ੍ਰਯੋਜਨਾਵਾਂ ਦੀ ਵਾਲ ਕਰਨੇ ਦਾ ਕੰਮ ਤੇਜ਼ ਰਫ਼ਤਾਰ ਕੰਨੇ ਚਲਾ ਕਰਦਾ ਹੈ ਹੁਣ ਖਬਰਾਂ ਦੀ ਤਫਸੀਲ ਕੰਨੇ ਪੂਨਮ ਡੋਗਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ फ्रांस की दी, दी यात्रा मगरा अबूधाबी पुजे संयुक्त अरब अमीरात की यह उन्जमीं यात्रा अबू धाबी के युवराज खालिद बिन मोहम्मद अल ते संयुक्त अरब अमीरात के होर दुए वरिष्ठ अधिकारियों मोदी हों स्वागत कि उन्हें गार्ड ऑफ ऑनर भी दिता गया प्रधानमंत्री नरेंद्र मोदी और संयुक्त अरब अमीरात के राष्ट्रपति शेख मोहम्मद बिन जायद अल नहान ਤੇ اور ਦੂਏ ਬਰਿਸ਼ਟ ਅਧਿਕਾਰੀਆਂ ਕਨੇ ਗੱਲਬਾਤ ਕਰਨਗਨ ਇਹਦਾ ਉਦੇਸ਼ ਫਿਟਨੈਕ ਵਪਾਰ ਨਿਵੇਸ਼ ਊਰਜਾ ਸੁਰੱਖਿਆ ਤੇ ਜਲਵਾਯੂ ਪਰਵਰਤਨ ਦੇ ਖੇਤਰ ਚ ਆਪਸੀ ਸਹਿਯੋਗ ਗੀ ਹੋਰ ਮਜ਼ਬੂਤ ਕਰਨਾ ਹੈ ਪ੍ਰਧਾਨ ਮੰਤਰੀਓ ਅਬੂਦਾਬੀ ਦੇ ਰਾਸ਼ਟਰਪਤੀ ਹੁੰਦੇ ਆਵਾਸ ਕਸਰ ਅਲ ਬਤਨ ਚ ਅਧਿਕਾਰਿਕ ਕਾਰਜਕਰਮੇ ਜਬੀ ਸ਼ਾਮਲ ਹੋਗਨ ਇਹ ਦੇਮਗਰਾ ਪ੍ਰਤੀਨਿਧੀ ਸਤਰ ਦੀ ਵਾਰਤਾਗ ਜਜੇ ਚ ਦਵੇਂ ਮੁਲਕ ਅਧਿయోగ ਤੇ ਸਾਂਸਕ੍ਰਿਤਿਕ ਆਦਾਨ ਪ੍ਰਦਾਨ ਜਨੇ ਬਾਕ-ਬਾਕ ਮੁੱਦਿਆਂ ਪਰ ਵਿਚਾਰ-ਵਿਮਰਸ਼ ਕਰਨਗਨ ਵਰਦਾਨ ਮੰਤਰੀ ਨਰਿੰਦਰ ਮੋਦੀ ਹੁੰਦਸ ਉਹਦੇ ਸਵਾਗਤ ਚ ਸੰਯੁਕਤ ਅਰਬ ਅਮੀਰਾਤ ਨੇ ਕੱਲ ਦੁਬਈ ਦੇ 부ਜ ਖਲੀਫਾ ਕੀ ਸ਼ੈਲਸ ਨਕੜੇ ਟੰਗਾ ਕਨੇ ਸਜਾਈ ਦਿੱਤਾ 부ਜ ਖਲੀਫਾ ਪਰ ਭਾਰਤੀ ਚੰਡੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੀ ਚਲਕ ਦਿਖਣੇ ਕੀ ਲਬਾਰਦੀ ਹੀ ਉਪ ਰਾਜਪਾਲ ਮਨੋਜ ਸਿਨੌਰ ਏ ਗਲਾਇਆ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ 12 ਦੇ ਕੁਸਾ ਵੀ ਮਾਨੂਗੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਤ ਜਮੀਨ ਨਹੀਂ ਦਿੱਤੀ ਜਾਗ ਤੇ ਜਿਨੇ ਲੋਕੇ ਨਜਾਇਜ਼ ਤਰੀਕੇ ਕਨੇ ਸਰਕਾਰੀ ਜ਼ਮੀਨ ਅੜ ਪਿਲਾਤੀ ਦੀ ਹੈ ਉਹਨੇ ਕੇ ਦੂਏ ਲੋਕੇ ਕੀ ਗੁੰਮਰਾਹ ਕਰਨਾ ਬੰਦ ਕਰਨਾ ਲੋੜ ਚਦਾ ਹੈ ਬਾਰਾਮੁਲਾ ਦੇ ਡਾਂਗ ਬੰਗਲੇ ਚ ਇੱਕ ਕਾਰਕਰਮ ਗੇ ਸੰਬੋਧਿਤ ਕਰਦੇ ਹੋਈ ਅਲਜੀਰੀ ਅਗਲਾਜ ਉੰਦੇ ਕੋਲ ਕਈ ਅਸ ਲੋਕ ਆਉਂਦੇ ਹੈ ਜਿਹੜੇ ਗਲਾਉਂਦੇ ਹੈ ਜੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੈਤ ਜ਼ਮੀਨ ਹਾਸਲ ਕਰਨ ਦੇ ਅਕਦਾਰ ਨ ਪਰਫੀ ਵੀ ਉੰਦੇ ਕੋਲ ਜ਼ਮੀਨ ਨਹੀਂ ਹੈ ਇਸ ਲਈ ਪ੍ਰਸ਼ਾਸਨ ਨੇ ਇਹਨੇ ਮਾਮਲੇ ਦਾ ਪੂਰਾ ਜਾਜਾ ਲਾਣੇ ਮਗਰਾ ਉਨੇ ਅਕਦਾਰ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਾਤ 5 ਮਰਲੇ ਜ਼ਮੀਨ ਦੇਣ ਦਾ ਫੈਸਲਾ ਕੀਤਾ ਤਾਂ ਜੋ ਉਹ ਲੋਕ ਆਪਣੇ ਘਰ ਮਕਾਨ ਦਾ ਨਿਰਮਾਣ ਕਰ ਸਕਣ ਅਜੇ ਤੱਕ 1,99,500 ਕਰਨੀ ਮਨਜ਼ੂਰੀ ਦਿੱਤੀ ਜਾ ਚੁੱਕੀ ਦੀ ਹੈ ਵਿਜਨ ਕੁਸਾ ਸਿਆਸੀ ਪਾਰਟੀ ਦਾ ਨਾਲਾ ਤੇ ਬਗਾਰ ਉਪਰਾਜਪਾਲ ਮਨੋ ਸਿੰਘ ਨੇ ਰੰਗ ਲਾਇਆ ਜੇ ਉਹ ਲੋਕ ਜਿਨੇ ਸਰਕਾਰੀ ਜ਼ਮੀਨ ਉਪਰ ਕਬਜ਼ਾ ਕੀਤੇ ਦਾ ਤੇ ਆਪਣੇ ਪੈਸੇ ਖਰਚ ਕੀਤੇ ਬਗੈਰ ਬਰਥਡੇ ਕਾਰ ਬਣਾਈਏ ਬੈਠੇ ਦੇ ਨਾ ਉਹਨੇ ਕੀ ਦੂਏ ਲੋਕਾਂ ਕੀ ਗੁਮਰਾਹ ਨਹੀਂ ਕਰਨਾ ਲੋਚਦਾ ਐਲ ਜੀ ਹੋਰੇ ਆਖਿਆ ਅਵਾਮ ਦੇ ਵਿੱਚ ਇਤਨੀ ਬੜੀ ਅਸਮਾਨਤਾ ਹੈ जिन लोगों ने पैदा की हजारों ऐसे परिवार थे जिनके पास जमीन नहीं, नहीं थी मजदूर पर छत दूसरी तरफ गैर कानूनी ढंग से कान ही लीगल तौर से सरकारी जमीनों पर तो लाखों कैनाल जमीनों पर कब्जा करके कुछ चंद लोगों ने अपने महल बनाए और वो भी अपने पैसे से नहीं उसकी कहानी में मैं नहीं जाना चाहता एलजी और बारामूला मकबूल च बहुउद्देश्य सौ सीटें आले एक सिनेमा हाल का भी उद्घाटन किया ਉਨੇ ਗਲਾਜ ਦੇ ਤੀ ਬਰੇ ਦੇ ਬਖਫੇ ਪ੍ਰੰਤ ਬਾਰਾ ਮੁਲਾਗੀ ਇਹ ਤੋਹਫਾ ਤੋ ਆਇਆ ਸੈਨਾ ਪ੍ਰਮੁਖ ਜਨਰਲ ਮਨੋਜ ਪਾਂਡਿਓਰੇ ਨੇ ਨਿਯੰਤਰਣ ਰੇਖਾ ਦੇ ਅਗੇਤਰੇ ਇਲਾਕੇ ਦਾ ਦੌਰਾ ਲਾਇਆ ਫੌਜ ਦੀ ਤਿਆਰੀਆਂ ਦਾ ਜਾਇਜ਼ਾ ਲਤਾ ਸੈਨਾ ਪ੍ਰਮੁਖ ਹੋਰੇਂਗੀ ਕਮਾਂਡਰ ਨੇ ਗੁਸਪੈਠ ਰੋਦੀ ਗ੍ਰਿਡ ਤੇ ਨਿਯੰਤਰਣ ਰੇਖਾ ਦੀ ਮਜ਼ਬੂਤ ਸਥਿਤੀ ਬਾਰੇ ਆਗਤ ਕਰਾਇਆ ਜਨਰਲ ਮਨੋਜ ਪਾਂਡਿਓਰੇ ਨੇ ਇਸ ਮੌਕੇ ਅਗੇਤਰੇ ਇਲਾਕੇ ਚਤਨਾਤ ਸੁਰੱਖਿਆ ਬਲ ਨੇ ਕਨੇ ਗੱਲਬਾਤ ਵੀ ਕੀਤੀ ਤੇ ਉਹਦਾ ਦਿਲ ਬਧਾਇਆ ਉਨੇ ਸੁਰੱਖਿਆ ਬਲਾਂ ਗੀ ਪੂਰੀ ਤਨਦੇਈ ਕਨੇ ਦੇਸ਼ ਦੀ ਸੇਵਾ ਕਰਨ ਲਈ ਗਲਾਇਆ। ਰਾਸ਼ਟਰੀ ਜਾਂਚ ਏਜੰਸੀ ਨੇ ਦ ਰਿਸਿਸਟੈਂਸ ਫਰੰਟ ਅਤੰਗਵਾਦੀ 바ਸੀਦ ਅਹਿਮਰ ਡਾਰ ਪਰ 10 ਲੱਖ ਰੁਪਏ ਨਗਦ ਦਾ ਇਨਾਮ ਕੋਸ਼ਿਸ਼ ਕੀਤੀ ਤਦਾ। ਅਨਾ ਇਹਨੇ ਗਲਾਇਆ ਜੇ ਅਤੰਗਵਾਦੀ ਕੀ ਗ੍ਰਿਫਤਾਰ ਕਰਵਾਉਣ ਵਾਲੇ ਮਾਨੂ ਦੀ شناخت ਗੁਪਤ ਰੱਖੀ ਜਾਗ। ਇਹਦੇ ਸ਼ਾ ਪਹਿਲੇ ਸੁਰੱਖਿਆ ਏਜੰਸੀਆਂ ਆਖਿਆ ਹਾ ਜੇ ਕਸ਼ਮੀਰ ਚ ਆਮ ਨਾਗਰਿਕਾਂ ਦੀ ਅਤਿਆਏ ਦੇ ਪਿੱਛੇ ਮੁੱਖ ਸਾਜ਼ਿਸ਼ ਕਰਤਾ ਡਾਰ ਗਿਆ। ਦਾਰ ਰੈਡ ਵਾਈਨ ਪਾਇਨ ਗੁਲਗਾਮ ਦਾ ਰੋਨੇ ਵਾਲਾ ਟੀਆਰਆਰਐਫ ਗੁੱਟ ਦਾ ਅਤੰਗਵਾਦੀ ਹੈ ਜਿਹੜਾ April 2021 ਥਮਾ ਅਤੰਗਵਾਦੀ ਗਤੀਵਿਧੀਆਂ ਚ ਸਰਗਰਮ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਨੀ ਜੰਮੂਪਰਾ ਸੁਨਾਰਦੇ ਹੋਣ ਬਾਕੀ ਦੀ ਖਬਰਾਂ ਕਰਨੇ ਅੰਜੂ ਵਾਲਾ। ਜ਼ਿਲ੍ਹਾ ਡੋਡਾ ਚ ਤਪਾਉ ਹੋਈ ਦੀ ਸੜਕਾਂ ਦੀ ਮੁਰੰਮਤ ਦਾ ਕੰਮ ਤੇ ਪਾਣੀ ਵਾਲੇ ਪੀਣੇ ਵਾਲੇ ਪਾਣੀ ਦੀ ਸਪਲਾਈ ਸਕੀਮੇ ਦਾ ਕੰਮ ਪਰਤੀ ਹੈ ਪੂਰੀ ਰਫਤਾਰ ਕਨੇ ਚਲਾਰਦਾ ਹੈ। ਡੋਡਾ ਦੇ ਜ਼ਿਲ੍ਹਾ ਕਮਿਸ਼ਨਰ ਵਿਸ਼ੇਸ਼ ਪਾਲ ਮਹਾਜਨੋਰੀ ਜ਼ਿਲ੍ਹਾ ਚ ਲੜੀਨ ਮਹਿ ਵਿਸਤ ਸੜਕਾਂ ਦਾ ਕੰਮ ਪੂਰਾ ਕਰੀਏ ਗੱਡੀਆਂ ਦੀ ਆਓ ਜਾਈ ਤੇ ਪਾਣੀ ਦੀ ਸਪਲਾਈ ਪਰਤੀ ਹੈ ਵਹਲ ਕਰ ਦਿੱਤੀ ਹੈ ਸੜਕੇ ਤੇ ਪਾਣੀ ਸਪਲਾਈ ਗੀ ਵਹਲ ਕਰਨੇ ਦਾ ਕੰਮ ਜ਼ਿਲੇ ਚ ਪਾਰੀ ਬਰਖਾ ਓਨੇ ਕਰੀ ਬੰਦ ਪੇ ਦਾ ਹ ਪਾਰੀ ਬਰਖਾ ਓਨੇ ਪਰ ਬਿਗੜੇ ਦੇ ਹਾਲਾਤ ਕਰੀ ਦਰਜਨੇ ਬੱਦੇ ਪਰਵਾਰਾਂ ਗੀ ਸੁਰੱਖਿਤ ਥਾਰੇ ਪਰ ਰੱਖਿਆ ਗਿਆ ਹ ਜਿਹੜੇ ਓਨ ਪਰਤੀ ਆ ਆਪਣੇ ਆਪਣੇ ਘਰੇ ਗੀ ਪਰਤੋਈ ਆਏ ਨਾ ਸਾਡੇ ਸੰਬਾਧਤਾ ਕਰਨੇ ਗੱਲਬਾਤ ਕਰਦੇ ਹੋਈ ਡੋਡਾ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਵਿਸ਼ੇਸ਼ ਮਹਾਜਨ ਹੋ ਰੇ ਗਲਾਇਆ बारिशों से जो डैमेजेस हुए हमें चाहे वो पी की पाइपलाइंस थी चाहे वो रोड्स का था 99 परसेंट रिस्टोर हो चुका है एक दो जगह पे जो लंबा काम था वहाँ पे कार्रवाई चल रही है एक दो जगह रेस्टोरेशन के बाद फिर से इश्यूज आए थे हिदायत ऑलरेडी दी गई है मॉनिटर किया जा रहा है पीएम जी वाई पीडब्ल्यू की रोड एन एच जो रोड कर रही है वो उसके अलावा जो वाटर की जे की एग्जिस्टिंग स्कीम्स भी जो नई भी बन रही थी उन सब में जहाँ जहाँ पे भी थोड़ी बहुत गड़बड़ हुई है वो सारी ठीक होगी ਜ਼ਿਲ੍ਹਾ ਵਿਕਾਸ ਕਮਿਸ਼ਨਰੋ ਨੇ ਗਲਾਇਆ ਜੇ ਅਧਿਕਾਰੀਆਂ ਦੀ ਬਖਵਕਥਾਂ ਰ ਉਹ ਇਹਦੇ ਨੁਕਸਾਨ ਬਾਰੇ ਜਾਇਜ਼ਾ ਲੈਣ ਭੇਜਿਆ ਗਿਆ ਹੈ। ਉਹਨੇ ਗਲਾਇਆ ਜੇ ਸਰਵੇਖਣ ਪੂਰਾ ਕਰਨੇ ਪਰੰਤ ਨੁਕਸਾਨ ਪੂਜੇ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਗ। यात्रा ते पर्यटन मेला 2023 च कोलकाता च जम्मू कश्मीर पासियां पेश ਕੀਤੇ ਦੇ पर्यटन उत्पादन ਤੇ ਸੈਲ ਸਫਾ ਚ ਦਿਲਚਸਪੀ ਰੱਖਣ ਵਾਲੇਗੀ ਬੜਾ ਮਤਾ ਆਕਰਸ਼ਿਤ ਕਰਾਕਰ ਦੇ ਜਿਲ੍ਹਾਕ ਜੰਮੂ ਕਸ਼ਮੀਰ ਦਾ ਸੈਲ ਸਫਾ ਵਿਭਾਗ ਇਸ ਤਰ੍ਹਾਂ ਰੋਜ਼ਾ ਮੇਲੇ ਚ ਹਿੱਸਾ ਲੈ ਰਦਾ ਹੈ ਜੰਮੂ ਕਸ਼ਮੀਰ ਸਟਾਲ ਦਾ ਦੌਰਾ ਕਰਨ ਵਾਲੇ ਚ ਪੱਛਮ ਬੰਗਾਲ ਦੇ ਪ੍ਰਯਟਨ ਤੇ ਆਈ ਆਈ ਟੀ ਮંત્રી ਬਾਬੂਲ ਸੁਪੋਰੀਆ ਕਲਕੱਤਾ ਚ ਬੰਗਲਾਦੇਸ਼ ਲਈ ਉਪ ਉੱਚਾ ਯੋਗ ਰਾਜ਼ੂਲ ਇਸਲਾਮ ਤੇ ਹੋਰ ਮੰਨੇ ਪਰਮੰਨੇ ਦੇ ਵરિਸ਼ਟ ਅਧਿਕਾਰੀ ਸ਼ਾਮਲ ਹੇ ਜਿਨੇ ਜੰਮੂ ਕਸ਼ਮੀਰ ਸਟਾਲ ਦੀ ਬੜੀ ਮਤੀਸਰਾ ਨਾ ਕੀਤੀ ਪੂਰੇ ਮੁਲਕਸ਼ਾ तकरीबन 400 ਪ੍ਰਦਰਸ਼ਕ ਤੇ ਕਿਛ ਵਿਦੇਸ਼ੀ ਪ੍ਰਦਰਸ਼ਕ ਵੀ ਇਸ ਯਾਤਰਾ ਦੇ ਸਾਇਲ ਸਫਾ ਮੇਲੇ ਚ ਹਿੱਸਾ ਲੈ ਰਹੇ ਦਿੰਨ ਇਨਾ ਨਗਰ ਦੇ ਰੋਣੇ ਵਾਲੇ ਗਣੇਸ਼ ਕੁਮਾਰ ਔਰ ਇਹ तकरीबन 40-45 ਸਾਲਾਂ ਤਹਾ ਕਲਾ ਤੇ ਸੰਸਕ੍ਰਿਤੀ ਦੇ ਖੇਤਰ ਚ ਕੰਮ ਕਰਾ ਕਰਦੇ ਨੇ ਤੇ ਉਹਨੇ ਕਲਾ ਤੇ ਸੰਸਕ੍ਰਿਤੀ ਕੀ ਸੰਸਾਰ ਪਰ ਐ ਚ ਫਲਾਣੇ ਆਸਤੇ ਬਖ ਵਖ ਕਲਾ ਨਮੈਸ਼ੀ ਕਲਾ ਆਯੋਜਨੇ ਤੇ ਕਲਾ ਸੰਗੋਸ਼ਟੀ ਚ ਸ਼ਿਰਕਤ ਕੀਤੀ ਦੀ ਹੈ ਉਹਨੇ ਕਈ ਸਾਰੇ ਜ਼ਿਲ੍ਹਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਨ ਸਮਾਨ ਵੀ ਹਾਸਲ ਕੀਤੇ ਦੇਣ ਉਹਨੇ ਕੀ ਉਸ ਬੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਔਰੇ ਰਾਸ਼ਟਰੀ ਸਮਾਨ ਕਰਨਾ ਵੀ ਸਮਾਨਿਤ ਕੀਤੇ ਦਇਆ ਹੈ ਗਣੇਸ਼ ਸ਼ਰਮਾ ਹੋ ਰਹੇ ਲੱਕੜੀ ਪੱਥਰ ਤੇ ਹੋਂਤਾ ਤੋਂ ਉੱਪਰ ਵੀ ਕੰਮ ਕਰਾ ਕਰ ਦੇਣਾ ਤੇ ਇਨੇ ਕੀ ਐਸਾ ਆਕਾਰ ਦਿਆ ਕਰ ਦੇਣ ਜੇ ਜਿੰਨੇ ਕੀ ਦਿਖੀਏ ਲੱਗਦਾ ਹੈ ਜੇ ਉੰਦੀ ਬਣਾਈ ਗਈ ਦੀ ਚੀਜ਼ੇ ਉੱਪਰ ਜਾਣ ਹੈ ਗਣੇਸ਼ ਸ਼ਰਮਾ ਹੋ ਰਹੇਗੀ 12 ਯਾਰ ਪੁਰਸਕਾਰਾਂ ਤੇ ਪ੍ਰਮਾਨ ਪੱਤਰੇ ਕਨੇ ਨਵਾਜ਼ਿਆ ਗਿਆ ਦਾ ਹੈ फाइन आर्ट्स यूनिवर्सिटी इंस्टीट्यूट ਤੇ ਅਕੈਡਮੀ ਨੇ ਇਹਨਾਂ ਦੀ ਰਾਸ਼ਟਰੀ ਅੰਤਰਰਾਸ਼ਟਰੀ ਪੁਰਸਕਾਰਾਂ ਦੇ ਇਲਾਵਾ ਡਾਕਟੋਰੇਟ ਡਿਗਰੀ ਕਰਨਾਂ ਵੀ ਨਵਾਜ਼ੇ ਦਇਆ ਹੈ। ਗਣੇਸ਼ ਸ਼ਰਮਾ ਹੋਰੇng ਲਾਇਆ ਜੇ ਅੱਜ ਦੀ ਯੁਵਾ ਪੀੜ੍ਹੀ ਗੀ ਇਹ ਪੇਸ਼ਾ ਅਪਣਾਉਣਾ ਚਾਹੀਦਾ ਜਿਹਦੇ ਚ ਨਿਸ਼ਠਾ ਇੱਕ ਰਗਤ ਤੇ ਬੜੀ ਮਿਹਨਤ ਦੀ ਜ਼ਰੂਰਤ ਹੈ। ਇਸ ਵਿੱਚ ਬਹੁਤ ਹੀ ਲਿਮਟਿਡ ਸੇ ਲੋਕ ਹੈ। ਜਾਂ ਤੱਕ ਕਿ ਹਮਾਰੀ ਸਟੇਟ ਮੇ ਬਹੁਤ ਸੇ ਲਿਮਟਿਟਡ ਲੋਕ ਹੈ। चंद लोग होंगे जो ये स्कल्पचर वर्क खास कर कर रहे हैं क्योंकि इसमें एक बहुत ही आपको लगन की जरूरत है बहुत ही आपकी लाइफ जो है एक डिसिप्लिन लाइफ चाहिए इसमें डूबना पड़ता है कला में बहुत मेहनत की भी जरूरत है फिजिकली भी मेंटली भी तो अगर आप करोगे सफलता पाओगे अपना नाम भी पाओगे ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ 'ਚ ਅੱਜ ਦੁਪਹਿਰੀ 3:00 ਵਜੇ ਤੱਕ 13783 ਸ਼ਰਧਾਲੂਏ ਭਗਵਾਨ ਸ਼ਿਵੇ ਦੇ ਹਿਮ ਲਿੰਗਮ ਰੂਪ ਦੇ ਦਰਸ਼ਨ ਕਰੀ ਲਾਤੇ ਦੇ ਹਨ। ਅਸਲ ਰਿਪੋਰਟ ਮੁਜਬ ਸ਼੍ਰੀ ਅਮਰਨਾਥ ਜੀ ਦੀ ਗੁਫਾ 'ਚ ਅੱਜ ਬੜਲੇ ਸਵੇਲਾ ਥਮਾ ਗਏ ਸ਼ਰਧਾਲੂਏ ਦਾ ਬੜਾ ਮਤਾ ਰਸ ਰਿਆ ਤੇ ਸ਼ਰਧਾਲੂਏ ਲੰਮੀ ਲੰਮੀ ਰਿੰਗਾਂ 'ਚ ਦਰਸ਼ਨੇ ਲਈ ਆਪਣੀ ਬਾਰੀਗੀ ਬਲਗਾ ਕਰਦੇ ਹਨ। ਸਾਡੇ ਜ਼ਿਲ੍ਹਾ ਸੰਵਾਦਾਤਾ ਖੁਰਸ਼ੀਦ ਪਡਰੂ ਮੁਜਬ ਪਿਛਲੇ 14 ਦਿਨੇ ਦੌਰਾਨ ਕੁੱਲ 1,87,100 14 ਸਰਦਾਲੂਏ ਭਗਵਾਨ ਸ਼ਿਵਦੇ ਬਰਫ ਕਨੇ ਬਣੇ ਦੇ ਸ਼ਿਵਲਿੰਗ ਤੇ ਦਰਸ਼ਨ ਕਰੀ ਲਾਤੇ ਨੇ ਤੇ ਮੇ ਦਾ ਜੇ ਅੱਜ ਇਹ ਆਂਕੜਾ 2 ਲੱਖ ਦੇ ਪਾਰ ਪੂਜੀ ਜਾਗ। ਸ਼੍ਰੀ ਅਮਰਨਾਥ ਜੀ ਦੇ ਸਰਦਾਲੂਏ ਦੇ ਖੁੱਲੇ ਤੇ ਰੋਣੇ ਬੋਣੇ ਬਾਰੇ ਮੀਡੀਆ ਚ ਆਈ ਦੀਆਂ ਖਬਰਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹ ਸਾਫ਼ ਕੀਤਾ ਹੈ ਜੀ ਜ਼ਿਲ੍ਹਾ ਚ ਅਮਰਨਾਥ ਸਰਦਾਲੂਏ ਆਸਤੇ ਕੁੱਲ 24 ਕੇਂਦਰ ਬਣਾਏ ਗਏ ਨੇ ਜਿੰਦੇ ਚ ਤਕਰੀਬਨ 95000 ਸਰਦਾਲੂ ਰਹਿ ਸਕਦੇ ਨੇ। ਸਰਦਾਲੂਏਂ ਕੀ ਇਹਨੇ ਕੇਂਦਰੇ ਬਾਰੇ ਜਾਣਕਾਰੀ ਰੇਲਵੇ ਸਟੇਸ਼ਨ ਤੇ ਕਨੇ ਟੋਕਨ ਤੇ ਪੰਜੀਕਰਨ ਕੇਂਦਰੇ 'ਪਰ ਦਿੱਤੀ ਜਾਂਦੀ ਹੈ। ਮਤੇ ਸਾਰੇ ਸ਼ਰਧਾਲੂਏ ਇਨੇ ਸੁਵਿਧਾਏਂ ਦਾ ਲਾਟਵਾਇਆ ਹੈ ਤੇ ਸਭ ਨੇ ਦਾ ਤਜਰਬਾ ਬੜਾ ਖਰਾ ਰ ਆਇਆ ਹੈ। ਧਿਆਨਯੋਗ ਹੈ ਜੇ ਖਬਰਾਂ 'ਚ ਇਹ ਦੱਸਿਆ ਗਿਆ ਹੈ ਜੇ ਕਿ ਸ਼ਰਧਾਲੂ ਜੰਮੂ ਦੇ ਮਾਜ਼ਨ ਆਲਦੇ ਬਾਰ ਰੋਣੇਗੀ ਮਜਬੂਰ ਹੋਆ ਕਰਦੇ ਹੈ। ਪ੍ਰਸ਼ਾਸਨ ਨੇ ਸ਼ਰਧਾਲੂਏ ਕੀ ਗੁਜ਼ਾਰਿਸ਼ ਕੀਤੀ ਹੈ ਜੇ ਉਹ ਜੰਮੂ ਜ਼ਿਲ੍ਹਾ ਇੰਤਜ਼ਾਮੀਆਂ ਪਾਸਿਆਂ ਸਥਾਪਿਤ ਕੀਤੀ ਗਈ ਦੀ ਮੁਫਤ ਸੁਵਿਧਾਏਂ ਦਾ ਲਾਟਵਾਨ। ਕੁਸਾਵੀ ਮਦਦ ਲਈ ਸ਼ਰਧਾਲੂਏ ਇਨੇ ਟੈਲੀਫੋਨ ਨੰਬਰੇ 'ਪਰ ਰਾਬਤਾ ਕਰੀ ਸਕਦੇ ਨਾ। ਨੰਬਰ ਨਾ

ਰਿਟਾਇਰ ਮੇਜਰ ਜਨਰਲ ਗੋਵਰਧਨ ਸਿੰਘੋ ਨੇ ਭਾਰਤ ਕੇ ਪਰਾਕਰਮੀ ਵੀਰੋਂ ਕਾ ਕਾਬਿਆਤਮਕ ਪਰਿਚੇ ਕਿਤਾਬ ਦਾ ਵਿਮੋਚਨ ਕੀਤਾ ਕਿਤਾਬ ਦੇ ਲੇਖਕ ਅਸ਼ੋਕ ਕੁਮਾਰ ਸ਼ਰਮਾ ਔਰੇ ਪੱਤਰਕਾਰਾਂ ਦੀ ਕਿਤਾਬ ਦਾ ਵਿਵਰਾ ਦਿੰਦੇ ਹੋਏ ਗਲਾਇਆ ਜੇ ਇਸ ਕਿਤਾਬ ਚ ਸ਼ਿਵਾਜੀ ਜਨਰਲ ਸੋਮਨਾਥ ਸ਼ਰਮਾ ਕੈਪਟਨ ਵਿਕਰਮ ਬੱਤਰਾ ਤੇ ਔਰ ਨੇ ਕਈ ਭਾਰਤ ਦੇ ਵੀਰੇ ਯੋਧਾਵਾਂ ਦੀ ਵੀਰਤਾ ਤੇ ਪਰਾਕਰਮ ਪਰ ਰੋਸ਼ਨੀ ਪਾਈ ਦੀ ਹੈ ਪੁਲਸਨ ਨੇ ਓਕੜੇ ਚਾਰ ਮਕਾਨ ਮਾਲਕਾਂ ਨੂੰ ਗ੍ਰਿਫਤਾਰ ਕਰੀ ਹੈ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਦੀ ਹੈ ਜਿੰਦੇ ਉੱਪਰ આરોਪ ਹੈ ਜੇ ਉਹਨੇ ਸਾਂਭਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਮੁਜਫ ਆਪਣੇ ਕਿਰਾਏਦਾਰਾਂ ਦੀ ਜਾਣਕਾਰੀ ਕਥਿਤ ਤੌਰ 'ਤੇ ਜਨਤਕ ਨਹੀਂ ਕੀਤੀ ਉਹਨੇ ਲੋਕਾਂ ਦੀ شناخت ਗੁਲਾਮ ਨਬੀ ਮਕਬੂਲ ਹੁਸੈਨ ਅਬਦੁਲ ਰਸ਼ੀਦ ਤੇ ਤਰਵਿੰਦਰ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ। ਤਖੀਰ ਚ ਮੁੱਖ ਮੁੱਖ ਖਬਰਾਂ ਇੱਕ ਪਰਿਪਰਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਫਰਾਂਸ ਦਾ ਦੋ ਦਿਨਾਂ ਦਾ ਦੌਰਾ ਮੁਕੰਮਲ ਕਰੀਏ ਸੰਯੁਕਤ ਅਰਬ ਅਮੀਰਾਤ ਦੇ ਸਰਕਾਰੀ ਦੌਰੇ ਪਰ ਅਬੂਦਾਬੀ ਪੁੱਜੀ ਕੇ ਨਾ ਲੈਫਟਨੈਂਟ ਗਵਰਨਰ ਮਨੋਜ ਸਿਨੋਰੇ ਆਖਿਆ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੁਸੇ ਵੀ 12 ਦੇ ਵਿਅਕਤੀ ਕੀ ਜ਼ਮੀਨ ਨਹੀਂ ਦਿੱਤੀ ਗਈ ਹੈ ਤੇ ਸੈਨਾ ਅਧਿਕਾਰੀ ਜਨਰਲ ਮਨੋਜ ਪਾਂਡੇਓ ਨੇ ਅੱਜ ਬੰਨੇ ਕਰਨੇ ਲੱਗਦੇ ਅਗੇਤਰੇ ਇਲਾਕੇ ਦਾ ਦੌਰਾ ਲਾਈਏ ਜੰਮੂ ਕਸ਼ਮੀਰ ਚ ਕਬਜ਼ਾ ਰੇਖਾ ਪਰ ਫੌਜ ਦੀਆਂ ਕਾਰਵਾਈਆਂ ਸਰਬੰਧੀ ਤਿਆਰੀਆਂ ਦਾ ਜਾਇਜ਼ਾ ਲਤਾ ਇਹ ਦੇ ਕਰਨੇ ਕੇ Избеледа е булетен смап тоа.